ਪਟਿਆਲਾ ਦੇ ਮਹਿਮੂਦਪੁਰ ਧਰਨੇ ਤੇ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਨੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਜੋ ਕਿਹਾ ਹੈ ਉਹਨਾਂ ਨੇ ਕਿਸਾਨਾਂ ਦੀ ਰਿਹਾਈ ਲਈ ਧਰਨਾ ਨਹੀਂ ਦਿੱਤਾ ਸਗੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਸੰਬੰਧੀ ਇਹ ਧਰਨਾ ਦਿੱਤਾ ਹੈ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰੇਗੀ ਉਦੋਂ ਤੱਕ ਉਹ ਧਰਨਾ ਪ੍ਰਦਰਸ਼ਨ ਨਹੀਂ ਖਤਮ ਕਰਨਗੇ ਜ਼ਿਲ੍ਹਾ ਗੁਰਦਾਸਪੁਰ ਦੇ ਖੰਡ ਮਿੱਲ ਪਨਿਆੜ ਦੇ GM ਰਾਹੀਂ ਮੁੱਖ ਮੰਤਰੀ ਕੈਪਟਨ ਸਰਕਾਰ ਨੂੰ ਕਿਸਾਨ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਆਏ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਪੰਜਾਬ ਦੇ ਕਿਸਾਨਾਂ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਮਿੱਲ ਦੇ GM ਵੱਲੋਂ ਉਹਨਾਂ ਨੂੰ ਮਿੱਲ ਅੰਦਰ ਦੋ ਤੋਂ ਜ਼ਿਆਦਾ ਲੋਕਾਂ ਨੂੰ ਨਹੀਂ ਦਾਖਲ ਨਾ ਹੋਣ ਦੇਣ ਵਜੋਂ ਮੁੱਖ ਗੇਟ ਬੰਦ ਕਰਕੇ ਸਿਕਿਉਰਿਟੀ ਲਗਾ ਦਿੱਤੀ ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਮਿੱਲ ਦੇ ਬਾਹਰ ਹਾਈਵੇ ਦੇ ਨਜ਼ਦੀਕ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਰੋਸ ਧਰਨਾ ਸ਼ੁਰੂ ਕਰ ਦਿੱਤਾ ਆਖਿਰ GM ਨੂੰ ਮੀਡੀਆ ਦੇ ਉੱਥੇ ਪਹੁੰਚਣ ਦੀ ਭਿਣਕ ਲੱਗਦਿਆਂ ਹੀ ਉਹਨਾਂ ਨੂੰ ਅੰਦਰ ਆਉਣ ਲਈ ਮਿੰਨਤਾਂ ਕੀਤੀਆਂ ਗਈਆਂ ਅੱਜ ਅਸੀਂ ਮੰਗ ਪੱਤਰ ਦੇਣ ਆਏ ਹਾਂ ਜਿਹਦੇ ਵਿੱਚ ਸਾਡੀਆਂ ਮੰਗਾਂ ਹੈਗੀਆਂ ਨੇ ਮਿੱਲ ਨੂੰ ਵੱਡਿਆ ਕਰਨਾ ਇਹਦੀ ਸਮਰੱਥਾ ਜਿਹੜੀ ਉਹ 5000 ਟਨ ਦੀ ਕਰਨੀ ਉਹਦੇ ਤੋਂ ਬਾਅਦ 238 ਗੰਨੇ ਨੂੰ ਅਰਲੀ ਵਰਾਇਟੀ 'ਚ ਰੱਖਣਾ ਜਿਹੜਾ ਆ ਕਾਫੀ ਸਮੇਂ ਤੋਂ 238 ਗੰਨਾ ਜਿਹੜਾ ਉਹ ਅਰਲੀ ਵਰਾਇਟੀ 'ਚ ਲੈਂਦੇ ਰਹੇ ਨੇ ਇਸ ਸਾਲ ਜਿਹੜਾ ਇਹਨਾਂ ਨੇ 93 ਵਰਾਇਟੀ 'ਚ ਲੈ ਗਏ ਨੇ ਉਹਦੇ ਵਿੱਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਜਿਹਦੇ 'ਤੇ ਅਸੀਂ ਸਰਕਾਰ ਨੂੰ ਵੀ ਮੰਗ ਪੱਤਰ ਭੇਜਦੇ ਹਾਂ ਨਾਲ ਲਿਖ ਕੇ ਉਸ ਤੋਂ ਅੱਗੇ ਸਾਡਾ ਇਹ ਵੀ ਆ ਵੀ ਜਿਹੜੀ ਮਿੱਲਾਂ ਦੀ ਮਸ਼ੀਨਰੀ ਪੰਜਾਬ ਦੀਆਂ ਟੁੱਟਣ ਮਿੱਲਾਂ ਨੇ ਉਹਨਾਂ ਦੀ ਜਿਹੜੀ ਮਸ਼ੀਨਰੀ ਪੁਰਾਣੀ ਹੋ ਚੁੱਕੀ ਹੈ ਉਹਨਾਂ ਦੀ ਮਸ਼ੀਨਰੀ ਨੂੰ ਬਦਲ ਕੇ ਨਵੀਂ ਮਸ਼ੀਨਰੀ ਲਾਈ ਜਾਏ ਤਾਂ ਕਿ ਉਹ ਵੀ ਪ੍ਰਾਈਵੇਟ ਮਿੱਲਾਂ ਵਾਂਗ ਚੰਗੀ ਕਾਰਗੁਜ਼ਾਰੀ ਕਰ ਸਕਣ ਸਰ ਜਿਹੜਾ ਤੁਸੀਂ ਮਿੱਡ 'ਚ ਕਹਿੰਦੇ ਉਹਨੂੰ ਅਗੇਤੀ ਤੋਂ ਮਿੱਡ ਕਰਤਾ ਪਰ ਉਹਨੂੰ ਤੇ ਪਿੱਛੇ ਤੁਸੀਂ ਧਰਨਾ ਦਿੱਤਾ ਸੀ ਉਹਦੇ 'ਚ ਤਾਂ ਉਹਨੂੰ ਬਲਕਿ ਅਗੇਤੀ 'ਚ ਲਿਆਂਦਾ ਸੀ ਹਾਂਜੀ ਬਾਦਲ ਸਾਹਿਬ ਨੇ ਪਿਛਲੇ ਸਾਲ 9 ਦਸੰਬਰ ਨੂੰ ਇੱਥੇ ਪੀਟੀ ਰੋਡ ਦੇ ਪ੍ਰਾਈਵੇਟ ਮਿੱਲਾਂ ਤੋਂ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਤੁਸੀਂ ਆਹ ਦੇਖ ਸਕਦੇ ਹੋ ਕਿ ਭਗਵਾਨਪੁਰਾ ਜਿਹੜੀ ਮਿੱਲ ਹੈ ਉਹਦੇ 3375 ਰੁਪਏ ਪਰ ਕੁਇੰਟਲ ਦੇ ਉੱਤੇ ਜਿਹੜਾ ਹੈ ਇਹ ਚੀਨੀ ਦੇ ਉੱਤੇ ਜਿਹੜਾ ਖਰਚਾ ਤਿਆਰ ਕਰਨ ਦੇ ਉੱਤੇ ਆਉਂਦਾ ਹੈ ਇਸੇ ਤਰ੍ਹਾਂ ਆਹ ਮਿੱਲ ਹੈ ਤੁਰੀ ਦੀ ਇਹਦੇ 'ਤੇ ਹੈਗਾ 3372 ਰੁਪਏ ਅਤੇ 60 ਪੈਸੇ ਪਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀਆਂ ਸਹਿਕਾਰੀ ਮਿੱਲਾਂ ਨੇ ਇਹਨਾਂ 'ਤੇ ਜਿਹੜਾ ਖਰਚਾ ਹੈ ਉਹ 4500 ਰੁਪਏ ਤੋਂ ਲੈ ਕੇ ਅਤੇ 5900 ਰੁਪਏ ਪਰ ਕੁਇੰਟਲ ਦੇ ਉੱਤੇ ਚੀਨੀ 'ਤੇ ਖਰਚਾ ਆ ਰਿਹਾ ਹੈ ਇੱਕ ਤੁਹਾਡੇ ਸਾਹਮਣੇ ਪ੍ਰਤੱਖ ਸਬੂਤ ਹੈ ਅਸੀਂ ਇਹ ਸਰਕਾਰ ਤੋਂ ਮੰਗ ਕਰਨੀ ਚਾਹੁੰਦੇ ਹਾਂ ਕਿ ਜਿਹੜੀਆਂ ਸਹਿਕਾਰੀ ਮਿੱਲਾਂ ਉਹਨਾਂ 'ਤੇ ਖੰਡ ਬਣਾਉਣ 'ਤੇ ਜਿਹੜਾ ਲਾਗਤ ਖਰਚਾ ਪ੍ਰਾਈਵੇਟ ਮਿੱਲਾਂ ਨਾਲੋਂ ਇੰਨਾ ਵੱਧ ਦਰਸਾਇਆ ਜਾ ਰਿਹਾ ਹੈ ਇਹ ਇੱਕ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ 'ਤੇ ਹੋ ਰਿਹਾ ਔਰ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਇਹ ਜਿਹੜੇ ਭ੍ਰਿਸ਼ਟ ਅਧਿਕਾਰੀ ਨੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜਿਹੜਾ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਉਹ ਬੰਦ ਹੋਣਾ ਚਾਹੀਦਾ ਕਿਸਾਨ ਦੇ ਬਦੌਲਤ ਦੇ ਮਿੱਲ ਚੱਲਦੀ ਹੈ ਨਾਮ ਹੈ ਜੀ ਪਿੰਡ ਗੋਬਿੰਦਪੁਰਾ ਜੀ ਪਿੰਡ ਗੋਬਿੰਦਪੁਰਾ ਦਾ ਮੈਂ ਕਿਸਾਨ ਹਾਂ ਜਿੱਥੇ ਮੇਰੀ ਵੀ 22 ਕਿੱਲੇ ਜ਼ਮੀਨ ਆ ਗਈ ਜੀ ਉੱਥੇ 1.5 ਏਕੜ 700 ਕਿੱਲਾ ਜ਼ਮੀਨ ਕਵੈਲਮੈਂਟ ਕਰੀ ਗਈ ਜੀ ਪੋਨਾ ਕੰਪਨੀ ਨੇ ਕਵੈਲਮੈਂਟ ਕਰ ਲਈ ਸੀ ਜਿੱਥੇ ਉੱਥੇ ਸਾਰੀਆਂ ਜਥੇਬੰਦੀਆਂ ਲੜੀਆਂ ਨੇ ਆਪਣੀਆਂ ਲੜ ਕੇ ਆਪਾਂ ਸੰਘਰਸ਼ ਕਰਿਆ ਉੱਥੇ ਉੱਥੇ ਆਪਾਂ ਲੜ ਕੇ ਸਰਕਾਰ ਦਾ ਮਤਲਬ ਇੱਕ ਗੋਡੀ ਲਵਾਈ ਆ ਆਪਾਂ ਜ਼ਮੀਨ ਛੁਡਾਈ ਆ ਜਿਹੜੇ ਕਿਸਾਨਾਂ ਨੇ ਚੈੱਕ ਨਹੀਂ ਚੱਕੇ ਸੀ ਮਤਲਬ ਉਹ ਕਿਸਾਨਾਂ ਦੀ ਜ਼ਮੀਨ ਸਰਕਾਰ ਨੇ ਛੱਡੀ ਆ ਡੀ ਨੋਟੀਫਾਈਡ ਕਰਕੇ ਉਹਨੂੰ ਛੱਡਣੀ ਪਈ ਆ ਉਹਨਾਂ ਦੇ ਕਿਸਾਨਾਂ ਦੇ ਨਾਂ ਅੱਜ ਜ਼ਮੀਨ ਚੜ੍ਹ ਗਈ ਸਾਰਾ ਕੁਛ ਹੋਇਆ ਜ਼ਮੀਨ ਛੱਡੀ ਹੈ ਮੇਰੇ ਪਿੰਡ ਦੇ ਵਿੱਚ ਇੱਕ ਸਰਕਾਰ ਆਪਾਂ ਆਪਣੀਆਂ ਜਥੇਬੰਦੀਆਂ ਨੇ ਇੱਕ ਨਵਾਂ ਰਾਹ ਵੀ ਖੋਲ੍ਹਿਆ ਜਿਹੜਾ ਮਤਲਬ ਅੱਜ ਆਪਾਂ ਉੱਥੇ ਕਿਹਾ ਹੈਗਾ ਜੀ ਉਹ ਇਹ ਕਿਸਾਨ ਮਜ਼ਦੂਰ ਜਿਹੜੇ ਪਿੰਡ ਦੀ ਜ਼ਮੀਨ ਦੇ ਵਿੱਚ ਕੰਮ ਕਰਦੇ ਨੇ ਉਸ ਦੇ ਉਹ ਕੰਮੇ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੀ ਉਹਨਾਂ ਦਾ ਹੱਕ ਹੋਇਆ ਗਿਆ ਉੱਥੇ ਆਪਾਂ ਮੰਗ ਰੱਖੀ ਸੀ 10 ਲੱਖ ਰੁਪਏ ਦੀ ਉੱਥੇ 3-3 ਲੱਖ ਰੁਪਇਆ ਮਜ਼ਦੂਰਾਂ ਨੂੰ ਵੀ ਮਿਲੇਗਾ ਉੱਥੇ ਲੜਾਈ ਪੂਰੀ ਲੜੀ ਗਈ ਹੈ ਕਿਸਾਨਾਂ ਦੀ ਅੱਜ ਵੀ ਜ਼ਮੀਨ ਰਹੀ ਹੈ ਪਰ ਅੱਜ ਵੀ ਮੈਂ ਇਹ ਲੋਕਾਂ ਨੂੰ ਕਹਿਣਾ ਮੈਂ ਪੂਰਾ ਭਰੋਸੇ ਨਾਲ ਪੂਰਾ ਯਕੀਨ ਦੇ ਨਾਲ ਕਹਿਣਾ ਵੀ ਜੇ ਆਪਾਂ ਲੜਾਂਗੇ ਹੱਕ ਮੰਗਾਂਗੇ ਕਰਜ਼ੇ ਵਾਲੀ ਕੋਈ ਗੱਲ ਨਹੀਂ ਕਰਜ਼ਾ ਜਦੋਂ ਆਪਾਂ ਜ਼ਮੀਨ ਵੀ ਛੁਡਾ ਸਕੇ ਆਂਗੇ ਕਰਜ਼ਾ ਵੀ ਮਾਫ਼ ਹੋ ਚੁੱਕੂ ਮੋਰਚਾ ਜਿਹੜਾ 5 ਦਿਨ ਲਗਾਤਾਰ ਧਰਨਾ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਰੱਖਿਆ ਸੀਗਾ ਜਿਹੜਾ ਕੋਰਟ ਰਾਹੀਂ ਕੋਰਟ ਦੇ ਹੁਕਮਾਂ ਮੁਤਾਬਕ ਇੱਥੇ ਦਾਣਾ ਮੰਡੀ ਦੇ ਵਿੱਚ ਲਿਆਂਦਾ ਗਿਆ ਇਹਦੀ ਸਭ ਤੋਂ ਮੁੱਖ ਮੰਗ ਜੋ ਕੈਪਟਨ ਨੇ
गुरु ग्रंथ साहब की गुटके की सहुं खा के वादे किए थे। उन्हां चों सब तो पहली मंग यह सी कि हर किस्म के करजे माफ किए जाएंगे किसानों के, क्योंकि किसान वड्डी गिणती च खुदकुशियां कर रहे हैं। पर मुख्यमंत्री उस वादे तो भज गया, जिहड़ा 2 लाख तक का भी वह कह रहा भी नोटिफिकेशन कर देंगे असी पास करता, वह भी सिर्फ फसली करजा का, उहदे नाल बहुत ही जिवें उठ तो छाण नहीं लाई दी है, बहुत ही मामूली फायदा होना किसानों नूं। उहदे नाल खुदकुशियां नहीं रोकणियां, खुदकुशियां रोकण वास्ते सब तो पहले साडी मंग है भी सारे करजे हर किस्म के जिवें उहने वादा कीता सी सारे करजे माफ किए जाण, अगां वास्ते करजे ना चढ़न। इहदे वास्ते 2-3 गल्लां असीं मंग करदे हां कि स्वामीनाथन कमिशन की रिपोर्ट मुताबक भा दिते जाण 50% मुनाफे वाले, लागत खर्चे घटाए जाण कारपोरेट मुनाफिया ते कट ला के, सूदखोरी करजा कानून बनाया जाए ता कि गांह तो किसानों सिर उस तरह बहुते ब्याज वाले करजे है जिहड़े वह ना चढ़न वह मोड़ सकते हो। कैप्टन सरकार ने क्लीयर किया कि तुहाडे जथेबंदी जिहड़े अरेस्ट होए उन्होंने छड्डिया जाए, तुसीं सहमत हो? साडे यह अंदोलन रिहाइयां वास्ते नहीं सी, आपदी मर्जी नाल सरकार ने गिरफ्तारियां कीतियां सी, साडे ते जबर ढाया सी, आपदी मर्जी नाल छड्ड रही है तो चंगा, इहनूं असीं चंगा तां कह देंगे। ਤੁਹਾਨੂੰ ਕੀ ਲੱਗਦਾ ਵੀ ਇਹ ਸਿਰਫ ਹਾਈ ਕੋਰਟ ਦੇ ਦਬਕੇ ਕਰਕੇ ਹੀ ਸਰਕਾਰ ਨੇ ਉਰੇ ਵੀ ਜਗ੍ਹਾ ਦਿੱਤੀ ਹੈ ਤੁਹਾਨੂੰ? ਨਹੀਂ, ਉਹਨਾਂ ਨੇ ਕਿਤੇ ਵੀ ਨਹੀਂ ਸੀ ਕਰਨ ਜਾਣਾ ਤੇ ਦਮਨ ਦੀ ਨੀਤੀ ਚੱਲਦੀ ਸੀ ਕਿ ਕਿਸਾਨ? ਬਿਲਕੁਲ ਬਿਲਕੁਲ, ਸਰਕਾਰ ਦੀ ਦਮਨ ਦੀ ਨੀਤੀ 6 ਦਿਨ ਪਹਿਲਾਂ ਸ਼ੁਰੂ ਹੋ ਗਈ ਸੀ ਔਰ ਲਗਾਤਾਰ ਜਾਰੀ ਸੀ। ਹਾਈ ਕੋਰਟ ਦਾ ਡਿਸੀਜਨ ਕੱਲ 10 ਵਜੇ 10:30 ਵਜੇ ਅਨਾਊਂਸ ਹੋ ਗਿਆ ਸੀ ਪਰ ਸ਼ਾਮ ਤੱਕ ਛਾਪੇਮਾਰੀ ਜਾਰੀ ਸੀ। ਮੇਰੀ ਇਸ ਵੇਲੇ ਚੀਫ ਸੈਕਟਰੀ ਸ੍ਰੀ ਸੁਰੇਸ਼ ਕੁਮਾਰ ਜੀ ਨਾਲ ਗੱਲ ਹੋਈ, ਉਸ ਤੋਂ ਬਾਅਦ 'ਚ ਛਾਪੇਮਾਰੀ ਖਤਮ ਹੋਈ ਹੈ। ਅਤੇ ਜਿਹੜੀ ਆਪਣੀਆਂ ਲੇਡੀਜ਼ ਨੇ ਉਹਨਾਂ ਨਾਲ ਵੀ ਬੁਰਾ ਵਿਵਹਾਰ ਕੀਤਾ, ਜਿਵੇਂ ਕਿਸਾਨ ਦੱਸ ਰਹੇ ਸੀ ਵੀ ਕੰਧਾਂ ਟੱਪ ਟੱਪ ਕੇ ਰਾਤ ਨੂੰ ਪੁਲਿਸ ਨੂੰ? ਬਿਲਕੁਲ, ਕੰਧਾਂ ਟੱਪ ਕੇ ਜਿਸ ਤਰ੍ਹਾਂ ਅਸੀਂ ਚੋਰ ਡਾਕੂ ਹੁੰਦੇ ਹਾਂ ਜੀ, ਕੰਧਾਂ ਟੱਪ ਟੱਪ ਕੇ ਸਾਡੇ ਘਰਾਂ ਦੇ ਵਿੱਚ ਦਾਖਲ ਹੋਏ ਆ ਔਰ ਸਾਡੀ ਇੱਕ ਬੇਟੀ ਆ ਔਰਤ ਆਗੂ ਉਹਨੂੰ ਅਤੇ ਉਹਦੇ ਘਰ ਵਾਲੇ ਨੂੰ ਛੋਟੇ ਜਿਹੇ ਬੱਚੇ ਨੂੰ ਛੱਡ ਕੇ ਦੋਨਾਂ ਨੂੰ ਲਿਜਾ ਕੇ ਜੇਲ੍ਹ ਦੇ ਵਿੱਚ ਟੱਕਤਾ। ਔਰਤਾਂ ਨੂੰ ਬੁਰਾ ਭਲਾ ਕਿਹਾ ਲੌਂਗੋਵਾਲ ਪਿੰਡ ਦੇ ਵਿੱਚ, ਖਾਸ ਕਰਕੇ ਜਿੱਥੇ ਕਿਸਾਨਾਂ ਨੇ ਬਹੁਤ ਤਿੱਖਾ ਵਿਰੋਧ ਕੀਤਾ ਔਰ ਉੱਥੇ ਫਿਰ ਲਾਠੀਚਾਰਜ ਵੀ ਕੀਤਾ, ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੇ ਸਾਡਾ ਜਿਉਣ ਦਾ ਹੱਕ ਤਾਂ ਪਹਿਲਾਂ ਖੋ ਹੀ ਲਿਆ, ਇਹ ਸਰਕਾਰ ਵੀ ਵਿੱਚੇ ਸ਼ਾਮਲ ਹੈ, ਕੇਂਦਰ ਵਾਲੀ ਸਰਕਾਰ ਵੀ ਸ਼ਾਮਲ ਹੈ, ਜਿੰਨੀਆਂ ਹੁਣ ਤਾਈਂ ਆਈਆਂ ਉਹਨਾਂ ਨੇ ਕਿਸਾਨ ਵਿਰੋਧੀ ਨੀਤੀਆਂ ਲਾਗੂ ਕੀਤੀਆਂ, ਕਾਰਪੋਰੇਟ ਪੱਖੀ ਵੱਡੇ ਸਰਮਾਏਦਾਰਾਂ ਪੱਖੀ ਵੱਡੇ ਜਗੀਰਦਾਰਾਂ ਪੱਖੀ ਨੀਤੀਆਂ ਲਾਗੂ ਕੀਤੀਆਂ ਜਿਹਦੇ ਕਰਕੇ ਕਿਸਾਨ ਕੰਗਾਲ ਹੋਏ ਆ, ਕਰਜ਼ਾਈ ਹੋਏ ਆ ਔਰ ਪੂਰੇ ਦੇਸ਼ 'ਚ ਲੱਖਾਂ ਦੀ ਤਾਦਾਦ 'ਚ ਖੁਦਕੁਸ਼ੀਆਂ ਹੋਈਆਂ, ਹਜ਼ਾਰਾਂ ਦੀ ਤਾਦਾਦ 'ਚ ਪੰਜਾਬ 'ਚ ਖੁਦਕੁਸ਼ੀਆਂ ਹੋਈਆਂ। ਇਹਦੀਆਂ ਜ਼ਿੰਮੇਵਾਰ ਹੁਣ ਤੱਕ ਗੱਦੀ 'ਤੇ ਆਈਆਂ ਸਾਰੀਆਂ ਸਰਕਾਰਾਂ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵੀ ਸਾਡਾ ਜਿਉਣ ਦਾ ਹੱਕ ਤਾਂ ਪਹਿਲਾਂ ਹੀ ਖੋ ਲਿਆ, ਪਰ ਜਿਉਣ ਦਾ ਹੱਕ ਖੋਣ ਦੇ ਖਿਲਾਫ ਸਾਡੀਆਂ ਹੱਕੀ ਮੰਗਾਂ ਦੀ ਖਾਤਰ, ਇਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਾਉਣ ਦੀ ਖਾਤਰ, ਜੋ ਅਸੀਂ ਸਾਡਾ ਆਵਾਜ਼ ਉਠਾਉਣ ਦਾ ਹੱਕ ਸੀਗਾ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.